ਅੰਮਾ ਜੀ ਤੁਸੀਂ ਪਰੇਸ਼ਾਨ ਨਾ ਹੋਵੋ, ਅੱਲਾ ਸਭ ਖੈਰ ਕਰੇਗਾ, ਤੁਸੀਂ ਬਸ ਦੁਆ ਕਰੋ। ਅੱਲਾ ਤੇਰਾ ਸ਼ੁਕਰ ਹੈ। ਨਹੀਂ ਮਾਂ ਜੀ, ਬੱਚੇ ਕੀ ਪਹਿਲੀ ਖੁਰਾਕ ਉਸਕੀ ਮਾਂ ਕਾ ਦੂਧ ਹੋਤਾ ਹੈ। ਵੋ ਤੋ ਪ੍ਰੇਸ਼ਰ ਪ੍ਰੇਸ਼ਰ ਮੇਂ ਬੇਹੋਸ਼ ਪੜੀ ਹੈ, ਆਪਣਾ ਦੂਧ ਕੈਸੇ ਪਿਲਾ ਸਕਤੀ ਹੈ। ਮਾਂ ਜੀ, ਅਗਰ ਮਾਂ ਬੇਹੋਸ਼ ਵੀ ਹੋ ਤਬ ਵੀ ਬੱਚੇ ਕੋ ਮਾਂ ਕਾ ਦੂਧ ਪਿਲਾਇਆ ਜਾ ਸਕਤਾ ਹੈ। ਆਪ ਅੰਦਰ ਆਈਏ ਮੇਰੇ ਸਾਥ। ਬੀਬੀ ਬਿਲਕੁਲ ਵੀ ਘਬਰਾਣੇ ਕੀ ਜ਼ਰੂਰਤ ਨਹੀਂ ਹੈ। ਮਾਂ ਉੱਠ ਨਹੀਂ ਸਕਤੀ ਨਾ ਬਿਸਤਰ ਸੇ, ਲੇਕਿਨ ਬੱਚੇ ਕੋ ਅਗਰ ਮਾਂ ਕੇ ਛਾਤੀ ਕੇ ਉੱਪਰ ਲਿਟਾ ਦੇਂਗੇ, ਇਸ ਤਰ੍ਹਾਂ ਸੇ ਕਿ ਉਸਕਾ ਮੂੰਹ ਜੋ ਹੈ ਵੋ ਛਾਤੀ ਮੇਂ ਨਿਪਲ ਕੇ ਕਰੀਬ ਹੋਗਾ, ਤੋ ਬੱਚਾ ਖੁਦ ਹੀ ਦੂਧ ਪੀ ਲੇਗਾ। ਇਹ ਸਿਸਟਰ ਆਪ ਜਾਏ ਔਰ ਇਹਨੇ ਸਮਝਾਏ, ਦਿਖਾਏ ਕਿਸ ਤਰ੍ਹਾਂ ਸੇ ਉਸਕੇ ਉੱਪਰ ਲਿਟਾਨਾ ਹੈ ਉਸਕੋ। ਇਸਕਾ ਮਤਲਬ ਹੈ ਕਿ ਮਾਂ ਕੇ ਦੂਧ ਕਾ ਕੋਈ ਨੇਮਲ ਬਦਲ ਨਹੀਂ, ਔਰ ਬੱਚੇ ਕੇ ਪੈਦਾ ਹੋਣੇ ਕੇ ਆਧੇ ਘੰਟੇ ਸੇ ਇੱਕ ਘੰਟੇ ਕੇ ਅੰਦਰ ਉਸੇ ਹਰ ਹਾਲ ਮੇਂ ਮਾਂ ਕਾ ਦੂਧ ਸ਼ੁਰੂ ਕਰਾ ਦੇਣਾ ਚਾਹੀਏ, ਚਾਹੇ ਕਿਤੀ ਵੀ ਮੁਸ਼ਕਿਲ ਹੋ।